ਕੈਨੇਡਾ 'ਚ ਮਾਂ ਪਿਓ ਦੇ ਇਕਲੌਤੇ ਪੁੱਤ ਦੀ ਹੋਈ ਮੌਤ। ਕੰਮ ਕਰਦੇ ਸਮੇਂ ਵਿਗੜੀ ਨੌਜਵਾਨ ਦੀ ਸਿਹਤ। ਆਪਣੀ ਪਤਨੀ ਸਮੇਤ ਰਹਿੰਦਾ ਸੀ ਕੈਨੇਡਾ, ਤਾਂ ਇੱਕ ਹੋਰ ਪੰਜਾਬੀ ਨੌਜਵਾਨ ਦੀ ਵਿਦੇਸ਼ ਦੇ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਿਵੇਂ ਇਹ ਖਬਰ ਪਰਿਵਾਰ ਨੂੰ ਲੱਗਦੀ ਹੈ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ, ਕਿਉਂਕਿ ਇਹ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ, ਜਿਸ ਨੂੰ ਕਿ ਇਹਨਾਂ ਦੇ ਵੱਲੋਂ ਵਿਆਹ ਕੇ ਵਿਦੇਸ਼ ਭੇਜਿਆ ਗਿਆ ਸੀ ਕਿ ਬਾਹਰ ਜਾ ਕੇ ਆਪਣਾ ਭਵਿੱਖ ਬਣਾਵੇਗਾ। ਪਰ ਇਸ ਤੋਂ ਪਹਿਲਾਂ ਹੀ ਵੱਡਾ ਭਾਣਾ ਵਰਤ ਗਿਆ ਤੇ ਕੰਮ ਕਰਦੇ ਸਮੇਂ ਨੌਜਵਾਨ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਇਸ ਦੀ ਮੌਤ ਹੋ ਜਾਂਦੀ ਹੈ। ਦੱਸ ਦਈਏ ਕਿ ਨੌਜਵਾਨ ਨਾਭਾ ਦਾ ਰਹਿਣ ਵਾਲਾ ਸੀ, ਜਿਸਦਾ ਕਿ ਵਿਆਹ ਇੱਕ 23 ਸਾਲਾ ਕੁੜੀ ਦੇ ਨਾਲ ਹੋਇਆ ਸੀ। ਤਾਂ 2 ਸਾਲ ਪਹਿਲਾਂ ਇਸ ਦੀ ਪਤਨੀ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਤੇ ਗਈ ਸੀ, ਤਾਂ ਉਸਦੇ ਵੱਲੋਂ ਫਿਰ ਇਸ ਨੂੰ 9 ਮਹੀਨੇ ਪਹਿਲਾਂ ਵਰਕ ਪਰਮਿਟ ਤੇ ਵਿਦੇਸ਼ ਬੁਲਾਇਆ ਗਿਆ ਸੀ, ਜਿਸ ਦੇ ਲਈ ਪਰਿਵਾਰ ਦੇ ਵੱਲੋਂ 20 ਲੱਖ ਦਾ ਕਰਜ਼ਾ ਚੁੱਕਿਆ ਗਿਆ ਸੀ। ਤਾਂ ਹੁਣ ਇਸ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਸਮੇਤ ਪੂਰੇ ਪਿੰਡ ਦੇ ਵਿੱਚ ਮਾਤਮ ਹੈ। ਇਸ ਸੰਬੰਧੀ ਪਿਤਾ ਨੇ ਦੱਸਿਆ ਕਿ ਉਹ ਹੋਮ ਗਾਰਡ ਦੀ ਨੌਕਰੀ ਕਰਦਾ ਹੈ ਤੇ ਉਸੇ ਤਨਖਾਹ ਦੇ ਨਾਲ ਉਸਦੇ ਘਰ ਦਾ ਗੁਜ਼ਾਰਾ ਚੱਲਦਾ ਹੈ। ਇਸ ਸੰਬੰਧੀ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤ ਉਹਨਾਂ ਦਾ ਇਕਲੌਤਾ ਸਹਾਰਾ ਸੀ, ਪਰ ਹੁਣ ਤਾਂ ਉਸਦੀ ਵੀ ਮੌਤ ਹੋ ਗਈ ਹੈ। ਇਸ ਸੰਬੰਧੀ ਹੁਣ ਪਰਿਵਾਰ ਸਰਕਾਰ ਅੱਗੇ ਮ੍ਰਿਤਕ ਲਾਸ਼ ਵਾਪਸ ਮੰਗਾਉਣ ਲਈ ਮਦਦ ਦੀ ਗੁਹਾਰ ਲਗਾ ਰਿਹਾ। ਤਾਂ ਬੜਾ ਹੀ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਮਾਪਿਆਂ ਦੇ ਇਕਲੌਤੇ ਪੁੱਤ ਦੀ ਕੈਨੇਡਾ ਦੇ ਵਿੱਚ ਮੌਤ ਹੋਈ ਹੈ। ਤਾਂ ਮਾਪਿਆਂ ਦੇ ਵੱਲੋਂ ਆਪਣੇ ਪੁੱਤ ਨੂੰ ਵਿਆਹ ਕੇ ਵਿਦੇਸ਼ ਭੇਜਿਆ ਗਿਆ ਸੀ ਤੇ ਨੌਜਵਾਨ ਪਤਨੀ ਸਮੇਤ ਬਾਹਰ ਹੀ ਰਹਿੰਦਾ ਸੀ। ਤਾਂ ਇਸੇ ਦੌਰਾਨ ਕੰਮ ਕਰਦੇ ਸਮੇਂ ਇਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਇਸ ਦੀ ਮੌਤ ਹੋ ਗਈ। ਕਾਰਨਾਂ ਦਾ ਜੀ ਹਾਰਟ ਅਟੈਕ ਹੀ ਹੋਇਆ ਜੀ, ਹਾਰਟ ਅਟੈਕ ਹੋਣ ਕਰਕੇ ਹੋਈ ਆ। ਉੱਥੇ ਨਾਲ ਦੇ ਮੁੰਡੇ ਨੂੰ ਕਹਿੰਦਾ ਮੈਨੂੰ ਘਬਰਾਹਟ ਜੀ ਹੋ ਰਹੀ ਆ, ਉਹ ਕਹਿੰਦੇ ਵੀ 10 ਮਿੰਟ ਰੈਸਟ ਕਰ ਲੈ। ਜਦੋਂ ਉਹਨੇ 2-4 ਮਿੰਟ ਬਾਅਦ ਦੇਖਿਆ ਵੀ ਤਾਂ ਕੋਈ ਹਰਕਤ ਨਹੀਂ ਕਰਦਾ, ਉਹ ਹਸਪਤਾਲ ਲੈ ਕੇ ਚੱਕ ਕੇ ਬਸ ਹਸਪਤਾਲ ਵਾਲੇ ਕਹਿੰਦੇ ਵੀ ਡੈਡ। ਕਿੰਨਾ ਟਾਈਮ ਪਹਿਲਾਂ ਗਿਆ ਸੀ ਗੁਰਵਿੰਦਰ? ਇਹਨੂੰ 9 ਮਹੀਨੇ ਹੋ ਗਏ ਜੀ। ਕਿਸ ਵਿਸ਼ੇ 'ਤੇ ਗਿਆ ਸੀ ਇਹ? ਪਹਿਲਾਂ ਮੇਰੀ ਨੂੰਹ ਗਈ ਸੀਗੀ ਸਟੱਡੀ ਕਰਨ ਵਾਸਤੇ, ਫਿਰ ਉਹਨੇ ਇਹਦੀ ਲਾ ਕੇ ਸੌਸਰ ਕਰਕੇ ਮਤਲਬ ਇਹ ਵਰਕ ਪਰਮਿਟ 'ਤੇ ਗਿਆ ਸੀਗਾ। ਕੀ ਕਾਰਨ ਆ ਜਿਹੜੇ ਲਗਾਤਾਰ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ, ਅਤੇ ਪਿੱਛੇ ਜੀ ਇੱਕ ਲੜਕੀ ਦੀ ਹੋਈ ਹੈ ਬ੍ਰੇਨ ਹੈਮਰੇਜ ਨਾਲ, ਨਾਭਾ ਦੀ ਰਹਿਣ ਵਾਲੀ ਆ ਉਹ ਵੀ ਪਿੰਡ ਦੀ ਪਾਲੀ ਖੁਰਦ ਦੀ, ਅਤੇ ਹੁਣ ਤੁਹਾਡੀ ਬੇਟੀ ਦੀ ਗੁਰਵਿੰਦਰ ਸਿੰਘ ਦੀ ਮੌਤ ਹੋ ਜਾਂਦੀ ਹੈ, ਕੀ ਕਾਰਨ ਮੰਨ ਦੇ ਪਿੱਛੇ? ਇਹਦਾ ਜੀ ਹੁਣ ਕਾਰਨ ਤਾਂ ਕੀ ਕਹਿ ਸਕਦੇ, ਹੁਣ ਹੋ ਪੰਜਾਬੀਆਂ ਨੂੰ ਹੋ ਰਹੇ ਨੇ ਅਟੈਕ ਧੜਾਧੜ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ, ਹਰ ਦਿਨ ਕੋਈ ਨਾ ਕੋਈ ਡੈੱਡ ਬੋਡੀ ਆ ਰਹੀ ਹੈ, ਹਰ ਦਿਨ ਕੋਈ ਨਾ ਕੋਈ ਡੈੱਡ ਬੋਡੀ ਆ ਰਹੀ ਹੈ। ਕੰਮ ਵੀ ਆ ਜੀ, ਹੁਣ ਬੱਚਿਆਂ ਦੇ ਮਾਂ ਬਾਪ ਨੇ ਜਿਹੜੇ ਕਰਜ਼ਾ ਚੱਕ ਕੇ ਭੇਜਦੇ ਨੇ ਜੀ, ਉੱਧਰੋਂ ਟੈਨਸ਼ਨ ਰੱਖਦੇ ਨੇ ਵੀ ਮੈਂ ਉੱਥੇ ਵੀ ਕੰਮ ਕਰਾਂ ਉੱਥੇ ਵੀ ਕੰਮ ਕਰਾਂ, ਤਾਂ ਕਿ ਉਹ ਮੇਰੇ ਮਾਂ ਬਾਪ ਨੇ ਕਰਜ਼ਾ ਲੈ ਕੇ ਮੈਨੂੰ ਭੇਜਿਆ ਮੈਂ ਉਹਨਾਂ ਨੂੰ ਉਤਾਰ ਸਕਾਂ। ਉਹ ਟੈਨਸ਼ਨ ਰਹਿੰਦੀ ਹੈ ਦਿਮਾਗ 'ਤੇ ਜੀ, ਭੱਜੇ ਫਿਰਦੇ ਨੇ, ਕੰਮ ਦੀ ਟੈਨਸ਼ਨ ਕਰਕੇ ਅਟੈਕ ਹੁੰਦਾ ਜੀ, ਟੈਨਸ਼ਨ ਨਾਲ ਹੀ ਅਟੈਕ ਹੁੰਦਾ। ਤੁਸੀਂ ਕਿੰਨਾ ਕਰਜ਼ਾ ਚੱਕ ਕੇ ਜਿਹੜਾ ਭੇਜਿਆ ਸੀ ਬੇਟਾ? ਘੱਟੋ ਘੱਟ ਹਾਲ ਤੱਕ ਵੀ 20 ਲੱਖ ਰੁਪਈਆ ਮੇਰੇ ਸਿਰ ਹੈ ਜੀ, ਮੈਂ ਦੇਣਾ ਜਿਹੜਾ 20 ਲੱਖ। ਹਾਂਜੀ, ਲੋਨ ਵੀ ਲਿਆ ਜਾ ਰਿਸ਼ਤੇਦਾਰਾਂ ਤੋਂ? ਲੋਨ ਵੀ ਕਰਾਇਆ ਰਿਸ਼ਤੇਦਾਰਾਂ ਤੋਂ ਵੀ ਫੜੇ ਪਏ ਨੇ। ਅਤੇ ਘਰ ਵਿੱਚ ਜਿਹੜਾ ਹੈਗਾ ਤੁਹਾਨੂੰ ਪੂਰੀਆਂ ਉਮੀਦਾਂ 'ਤੇ ਜਦੋਂ ਬਾਹਰ ਭੇਜਿਆ, ਸੁਪਨਾ ਹੁੰਦਾ ਹਰੇਕ ਮਾਂ ਬਾਪ ਦਾ ਵੀ ਮੈਂ ਬਾਹਰ ਭੇਜ ਰਿਹਾ ਗਾ, ਉਹ ਮੇਰੇ ਬੁਢਾਪੇ ਦਾ ਸਹਾਰਾ ਬਣੇਗਾ, ਤੁਹਾਡਾ ਇਕਲੌਤਾ ਪੁੱਤਰ ਸੀ? ਹਾਂਜੀ ਹਾਂਜੀ, ਉਹੀ ਕਰਕੇ ਭੇਜਦੇ ਜੇ ਹੁਣ ਉਰੇ ਸਰਕਾਰਾਂ ਆਪਣੇ ਬੱਚਿਆਂ ਨੂੰ ਨੌਕਰੀਆਂ ਦੇਣ, ਆਪਾਂ ਕਿਉਂ ਵਿਦੇਸ਼ਾਂ 'ਚ ਭੇਜੀਏ ਜੀ? ਉਰੇ ਕੋਈ ਨੌਕਰੀ ਨਹੀਂ ਹੈਗੀ, ਤਾਂ ਕਰਕੇ ਆਪਾਂ ਵਿਦੇਸ਼ਾਂ 'ਚ ਭੇਜਦੇ ਹਾਂ ਵੀ ਚੱਲ ਬੱਚਾ ਸੈੱਟ ਹੋ ਜੂਗਾ, ਉੱਥੇ ਜਾ ਕੇ ਆਪਣੇ ਸੈੱਟ ਹੋ ਕੇ ਆਪਣਾ ਪਰਿਵਾਰ ਪਾਲੂਗਾ ਜੀ, ਨਾਲੇ ਬੁਢੇਪੇ 'ਚ ਮਾਂ ਬਾਪ ਦੀ ਸੇਵਾ ਕਰੂਗਾ। ਅਤੇ ਜਿਵੇਂ ਤੁਹਾਡੀ ਮਾਲੀ ਹਾਲਾਤ ਕਿਵੇਂ ਨੇ ਘਰ ਦੇ? ਮਾਲੀ ਹਾਲਾਤ ਤਾਂ ਹੁਣ ਤੁਹਾਡੇ ਸਾਹਮਣੇ, 20 ਲੱਖ ਰੁਪਈਆ ਜਿਹੜੇ ਬੰਦੇ ਦੇ ਗਰੀਬ ਦੇ ਅੱਜ ਸਿਰ ਹੈ, ਉਹ ਕਿੱਥੇ ਉਤਰੂਗਾ ਜੀ? ਹਾਲੇ ਆਹ ਖਰਚਾ ਜਿਹੜਾ ਹੋਣਾ ਉਹ ਸਿਰ ਪਿਆ ਜੀ।
ਜਿਵੇਂ ਤੁਸੀਂ ਹੋਮ ਗਾਰਡ 'ਚ ਹੋਗੇ ਤੁਹਾਡੀ ਕਿੰਨੀ ਤਨਖਾਹ ਗਈ ਟੋਟਲ? ਤਨਖਾਹ ਕਿਹੜੀ ਹੈ ਜੀ? ਤਨਖਾਹ ਵੱਧ ਤੋਂ ਵੱਧ 25-26 ਹਜ਼ਾਰ ਤਨਖਾਹ ਹੈ ਜੀ। ਫਿਰ ਜਿਵੇਂ ਤੁਹਾਡੀ ਰਿਟਾਇਰਮੈਂਟ ਵੀ ਨੇੜੇ ਆ, ਜਿਵੇਂ 2027-28 'ਚ ਕਹਿ ਰਹੇ ਹੋ ਰਿਟਾਇਰਮੈਂਟ ਆ, ਅਤੇ ਕਿੰਨੀ ਕੁ ਜਿਹੜੀ ਹੈਗੀ ਆ ਬਾਅਦ 'ਚ ਰਿਟਾਇਰਮੈਂਟ 'ਤੇ ਪੈਸੇ ਮਿਲਦੇ ਨੇ? ਕਿਉਂ ਉਹ ਤਾਂ ਸਹਾਰਾ ਮਿਲਦਾ ਗਾ, ਕੁਛ ਵੀ ਨਹੀਂ, ਖਾਲੀ ਹੱਥ ਤੋਰਦੇ ਨੇ ਜੀ ਘਰ ਨੂੰ, ਕੋਈ ਸਹਾਰਾ ਨਹੀਂ, ਕੁਛ ਨਹੀਂ, ਕੋਈ ਪੈਸਾ ਨਹੀਂ, ਕੋਈ ਪੈਨਸ਼ਨ ਨਹੀਂ। ਅੱਛਾ ਜੀ, ਹਾਂਜੀ। ਅਤੇ ਡਿਊਟੀ ਤਾਂ ਤੁਸੀਂ ਜਿਹੜੇ ਹੈਗਾ ਪੰਜਾਬ ਪੁਲਿਸ ਦੇ ਬਰਾਬਰ ਕਰਦੇ ਹੋ, ਫਿਰ ਇੰਨਾ ਜਿਹੜਾ ਹੈਗਾ ਵਿਤਕਰਾ ਕਿਉਂ? ਡਿਊਟੀ ਤਾਂ ਉਦੋਂ ਵਾਧੂ ਹੀ ਕਰਦੇ, ਸਰਕਾਰਾਂ ਹੀ ਕਰ ਰਹੀਆਂ ਜੀ ਵਿਤਕਰਾ, ਪਈ ਕਿਉਂ ਕਰ ਰਹੀਆਂ ਨੇ? ਸਰਕਾਰਾਂ ਕਰ ਰਹੀਆਂ ਨੇ ਜੀ, ਸੋਚਦੀ ਨਹੀਂ ਸਰਕਾਰਾਂ ਇਸ ਚੀਜ਼ ਵੱਲ ਤਾਂ ਧਿਆਨ ਹੀ ਨਹੀਂ ਦੇ ਰਹੀਆਂ ਜੀ। ਹੁਣ ਤੁਹਾਡੀ ਕੀ ਮੰਗ ਆ ਜੀ? ਅਸੀਂ ਤਾਂ ਮੰਗ ਕਰ ਰਹੇ ਹਾਂ ਵੀ ਸਾਡੇ ਜਵਾਕ ਦੀ, ਚਲੋ ਘੱਟੋ ਘੱਟ ਜੇ ਡੈੱਡ ਬੋਡੀ ਹੋ ਇੱਧਰ ਆ ਜੇ, ਅਸੀਂ ਆਪਣੇ ਹੱਥਾਂ ਨਾਲ ਸੰਸਕਾਰ ਤਾਂ ਕਰ ਸਕੀਏ ਨਾ। ਸਭ ਤੋਂ ਵੱਡਾ ਘਾਟਾ ਨਾ ਪੂਰਾ ਹੋਣ ਵਾਲਾ ਇਹ ਸੁਖਦੇਵ ਸਿੰਘ ਜੀ ਨੂੰ ਲੱਗਿਆ। ਇਹਨਾਂ ਦਾ ਬੇਟਾ ਸਾਲ ਕੁ ਪਹਿਲਾਂ ਜੇ ਗਿਆ ਸੀ, ਪਹਿਲਾਂ ਇਹਨਾਂ ਨੇ ਨੂੰਹ ਭੇਜੀ, ਉਹ ਤੋਂ ਬਾਅਦ ਬੇਟਾ ਭੇਜਿਆ। ਫਾਈਨੈਂਸ਼ਲੀ ਤੌਰ 'ਤੇ ਇਹ ਬੜਾ ਵਿਚਾਰਾ ਗਰੀਬ ਆਦਮੀ ਆ, ਹੋਮਗਾਰਡ ਦਾ ਮੁਲਾਜ਼ਮ ਆ। ਮੈਨੂੰ ਅੱਜ ਪਤਾ ਲੱਗਿਆ ਵੀ ਇਹਨਾਂ ਨੂੰ ਪੈਨਸ਼ਨ ਵੀ ਨਹੀਂ ਮਿਲਦੀ ਹੈਗੀ, ਕਰਜ਼ੇ ਦੇ ਪੈਸਾ ਚੱਕ ਕੇ ਇਹਨਾਂ ਨੇ ਭੇਜਿਆ ਸੀ। ਅਤੇ ਸਾਲ ਕੁ ਉਹਨੂੰ ਹੋਇਆ ਸੀਗਾ, 28-29 ਸਾਲ ਦੇ ਬੱਚੇ ਦੀ ਜੀ ਉਮਰ ਸੀ, ਅਤੇ ਕੰਮ 'ਤੇ ਗਿਆ ਸੁਬਾਹ ਉੱਠ ਕੇ, ਉੱਥੇ ਨਾਲ ਦੇ ਬੱਚਿਆਂ ਨੂੰ ਕਹਿੰਦਾ ਮੈਨੂੰ ਘਬਰਾਹਟ ਹੋਈ ਆ, ਅਤੇ 15-20 ਮਿੰਟ ਬਾਅਦ ਉਹਦੀ ਡੈੱਥ ਹੋ ਗਈ ਆ। ਅਤੇ ਘੰਟੇ ਬਾਅਦ ਹੋਸਪਿਟਲ ਆਇਆ, ਡਿਕਲੇਅਰ ਕਰਤਾ ਵੀ ਉਹਦੀ ਡੈੱਥ ਹੋਈ ਆ। ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਵੀ ਜਿਹੜੇ ਇਸ ਤਰ੍ਹਾਂ ਦੇ ਕੇਸ ਨੇ, ਜਿਨ੍ਹਾਂ ਦੇ ਮਾਂ ਬਾਪਾਂ ਦਾ ਬੁਢੇਪੇ ਦਾ ਸਹਾਰਾ ਬੱਚੇ ਹੁੰਦੇ ਨੇ, ਜਦੋਂ ਉਹ ਚਲੇ ਜਾਂਦੇ ਨੇ ਉਹਨਾਂ ਦਾ ਰੋਟੀ ਦਾ ਕੋਈ ਸਾਧਨ ਨਹੀਂ, ਅਤੇ ਉਹ ਇਹਨਾਂ ਨੂੰ ਸਰਕਾਰਾਂ ਨੂੰ ਇਹਨਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ। ਇਹਨਾਂ ਦੀ ਥੋੜ੍ਹੀ ਵਾਲੀ ਪੈਨਸ਼ਨ ਜਿੰਨੀ ਵੀ ਕਰ ਸਕਦੀ ਆ ਸਰਕਾਰ ਦੇਣਾ ਚਾਹੀਦਾ। ਅਤੇ ਜਿਹੜੇ ਬਾਹਰਲੇ ਬੱਚਿਆਂ ਨਾਲ ਇਹ ਘਟਨਾ ਵਾਪਰਦੀਆਂ ਨੇ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਸਪੈਸ਼ਲ ਇਹਨਾਂ ਦੀ ਸਕੀਮ ਚਲਾ ਕੇ ਇਹਨਾਂ ਦੀ ਮਾਲੀ ਮਦਦ ਕਰਨੀ ਚਾਹੀਦੀ ਹੈ। ਇਕਲੌਤਾ ਪੁੱਤਰ ਸੀ, ਬੜੀਆਂ ਆਸਾਂ ਸੀ ਬੁਢਾਪੇ ਦਾ ਸਹਾਰਾ ਬਣੇਗਾ, ਸਾਰੀ ਪੂੰਜੀ ਲਾ ਦੀ ਪੈਸੇ ਵੱਲੋਂ ਤਾਂ ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਜੀ, ਇਹਨੇ ਵਿਆਜ 'ਤੇ ਚੱਕ ਕੇ ਪੈਸੇ ਦਿੱਤੇ ਤੀ ਜੀ, ਅਤੇ ਹੁਣ ਇਹਦਾ ਉਹੀ ਸਹਾਰਾ ਅਤੇ ਉਹੀ ਚਲਿਆ ਗਿਆ। ਸਰਕਾਰ ਅੱਗੇ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਕੋਈ ਗ੍ਰਾਂਟ ਸਪੈਸ਼ਲ ਜੋ ਕੋਈ ਦੇ ਸਕਦੇ ਨੇ ਜਾਂ ਜਿਹੜੀ ਵੀ ਮਾਲੀ ਮਦਦ ਕਰ ਸਕਦੇ ਨੇ ਇਹਨਾਂ ਨੂੰ ਕਰਨੀ ਚਾਹੀਦੀ ਆ, ਕਿਉਂਕਿ ਮੁੰਡੇ ਦਾ ਜਿਹੜਾ ਡੈਡੀ ਹੈ ਸੁਖਦੇਵ ਸਿੰਘ ਆ, ਇਹ ਹੋਮਗਾਰਡ ਦੀ ਮੁਲਾਜ਼ਮ ਹੈ, ਇਹ ਹੈਂਡੀਕੈਪਟ ਆ ਜੀ, ਆਪ ਇਹ ਕਰਨ ਕੰਮ ਕਰਨ ਯੋਗਾ ਨੇ। ਥੋੜ੍ਹੇ ਦਿਨਾਂ ਤੱਕ ਇਹਦੀ ਪੈਨਸ਼ਨ ਆ ਮੇਰੇ ਘਰ, ਥੋੜ੍ਹੇ ਟਾਈਮ ਲਈ 1-2 ਸਾਲ ਤੱਕ ਜੇ ਪੈਨਸ਼ਨ 'ਤੇ ਆ ਜਾਂਦਾ ਉਹ ਸਰਕਾਰ ਇਹਨਾਂ ਨੂੰ ਦੇ ਨਹੀਂ ਰਹੀ। ਇਹਨਾਂ ਬੁਢੇਪੇ ਦੇ ਵਿੱਚ ਇਹਨਾਂ ਨੂੰ ਕੋਈ ਰੁਜ਼ਗਾਰ ਦਾ ਸਾਧਨ ਨਹੀਂ, ਸਰਕਾਰ ਨੂੰ ਬੇਨਤੀ ਕਰਦੇ ਇਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਜੀ। ਇੱਕ ਤਾਂ ਉਹ ਵੀ ਹੈਂਡੀਕੈਪਟ ਨੇ, ਕੰਮ ਵੀ ਕਰ ਸਕਣ। ਹਾਂਜੀ ਹਾਂ, ਹੈਂਡੀਕੈਪਟ ਨੇ ਜੀ, ਮੈਂ ਦੱਸਿਆ ਵੀ ਇਹਨਾਂ ਕੋਈ ਸਪੈਸ਼ਲ ਜੋ ਕੋਈ ਗ੍ਰਾਂਟ ਆ ਉਹ ਦਿੱਤੀ ਜਾਵੇ। ਜਿਹੜਾ ਇਹ ਘਾਟਾ ਪੈ ਗਿਆ ਜੀ, ਉਹ ਤਾਂ ਪੂਰਾ ਚਲੋ ਨਾ ਤੁਸੀਂ ਕਰ ਸਕਦੇ ਹੋ ਨਾ ਸਰਕਾਰਾਂ ਕਰ ਸਕਦੇ ਨੇ, ਉਹ ਤਾਂ ਹੋ ਗਿਆ, ਪਰ ਜਿਹੜੀ ਅਸੀਂ ਇਨਸਾਨੀਅਤ ਤੌਰ ਦੇ ਨਾਤੇ ਸਰਕਾਰ ਇਹਦੀ ਮਦਦ ਕਰ ਸਕਦੇ ਨੇ ਉਹ ਇਹਨਾਂ ਨੂੰ ਜ਼ਰੂਰ ਕਰਨੇ ਚਾਹੀਦੇ ਆ। ਜਿਹੜਾ ਇਹਨਾਂ ਨੇ ਪੈਸਾ ਲੈ ਕੇ 25-30 ਲੱਖ ਰੁਪਈਆ ਬੱਚੇ ਦੇ ਨੂੰਹ ਬਾਹਰ ਭੇਜੇ, ਅਤੇ ਉਹ ਜਿਹਦਾ ਦੇਣਾ ਲੈਣਾ ਉਹ ਤਾਂ ਦੇ ਸਕਣ। ਸਰਕਾਰਾਂ ਨੂੰ ਬੇਨਤੀ ਕਰਦੇ ਹੱਥ ਜੋੜ ਕੇ ਜੀ। ਅਤੇ ਜਿਵੇਂ ਡੈੱਡ ਬੋਡੀ ਆ, ਕੀ ਮੰਗ ਕਰਦੇ? ਮੰਗ ਤਾਂ ਪਹਿਲੀ ਤਾਂ ਇਹਨਾਂ ਦੀ ਇਹ ਆ ਜੀ, ਜੇ ਡੈੱਡ ਬੋਡੀ ਉਰੇ ਆ ਸਕਦੇ ਆ ਤਾਂ ਸਰਕਾਰਾਂ ਲੈ ਕੇ ਆਉਣ ਜੀ। ਉਹਨਾਂ ਦਾ ਦੁਨਿਆਵੀ ਹੱਕ ਬਣਦਾ, ਜਦੋਂ ਸਾਡੀਆਂ ਵੋਟਾਂ ਦੇ ਨਾਲ ਸਰਕਾਰਾਂ ਬਣਦੀਆਂ ਨੇ, ਜੇ ਦੁੱਖ ਸੁੱਖ ਇੱਥੇ ਪੈਂਦਾ ਤਾਂ ਸਾਡਾ ਮਾਈ ਬਾਪ ਜਿਹੜਾ ਹੁੰਦਾ ਉਹ ਸਰਕਾਰਾਂ ਹੀ ਹੁੰਦੇ ਨੇ। ਆਮ ਬੰਦਾ ਇਹ ਡੈੱਡ ਬੋਡੀ ਲਿਆ ਨਹੀਂ ਸਕਦਾ, ਸਰਕਾਰਾਂ ਹੀ ਲਿਆ ਸਕਦੀਆਂ ਨੇ। ਅਸੀਂ ਸਾਡੇ CM ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਪੂਰੀ ਮਦਦ ਕਰਕੇ ਇਹਨਾਂ ਦੀ ਜਲਦੀ ਤੋਂ ਜਲਦੀ ਬੱਚੇ ਡੈੱਡ ਬੋਡੀ ਲਿਆਂਦੀ ਜਾਵੇ, ਜਿਹਦੇ ਨਾਲ ਮਾਂ ਬਾਪ ਉਹਦਾ ਆਖਰੀ ਵਾਰੀ ਦਾ ਚਿਹਰਾ ਦੇਖਣ, ਅਤੇ ਉਹਦਾ ਸੰਸਕਾਰ ਆਪਣੇ ਹੱਥੀਂ ਕਰਕੇ, ਅਤੇ ਆਪਣਾ ਜੋ ਉਹਨਾਂ ਨੂੰ ਮਨ ਨੂੰ ਸ਼ਾਂਤੀ ਮਿਲੇ ਵੀ ਚਲੋ ਜਾਂਦੀ ਵਾਰੀ ਤਾਂ ਬੱਚੇ ਦੀ ਚਿਹਰਾ ਦੇਖ ਲਿਆ, ਉਹ ਇਹਨਾਂ ਦੀ ਪੂਰੀ ਆਸ ਕੀਤੀ ਜਾਵੇ ਜੀ।